हवा सारी कर दे। वाहेगुरु जी का खालसा, वाहेगुरु जी की फतेह। अज मैं गुरु महाराज सच्चे पातशाह दे चरणों में बेनती करदा कि आ जिहड़ा पंजाबी गाउण वाले जानी पंजाबी इंडस्ट्री अपने उहदे विच राइटर भी आ, वीडियो मेकर भी आ, ते टेपां बेचण वाले भी आ, ते कंपनियां जिहड़ियां सारे आपां इक आ, इह जिहड़ी गाउण वालियां ते पंजाबी इंडस्ट्री ते साड़ सती चलदी आ। मैं महाराज दे चरणां च बेनती करदा कि सानू इस दुख दी घड़ी चों बाहर कढ़ो सच्चे पातशाह जी। ते नाल दी नाल मैं आ बेनती करनी चाहुंदा सारे गाउण वालियां नूं कि अज सानू कंजर, लुच्चे, लफंगे, दल्ले, कुत्ते, गदार दे शब्द वरते जा रहे साडे लई। ते इहदे जिहड़े हैगे आ, कहण दा मतलब वी इक होण वाले आपां आप ही आ, क्योंकि अज गुरदास मान डेड एंड पंजाबी गायकी दा बाबा बोर्ड जिहनू लोक अज किसे वजह कारण कंजर, दल्ला, कुत्ता, गदार, पता नहीं की गंदे शब्द वरत रहे आ, जे उहनां नूं इह कहा जा रहा ते आपां किहड़े बाग दीआं मूलियां। मेरी पंजाबी गाउण वालियां नूं हथ जोड़ के बेनती आ कि तुसीं चड्डियां च पूछ लै के ना बैठो, तुसीं तमाशा ना देखो, क्योंकि इह दिन कल नूं अपने ते भी आ सकदा। जे कोई गलती हो गई आ, मान लो गुरदास मान साडे सीनियर आ, इह नहीं वी उह गलती नहीं कर सकदे। मान लो जे उहनां ने गलती कर दित्ती आ, गलत बोल हो गया, जां उहनां ने उहनां दी भावना कोई होर हो, जां उहनां तों जाणे अणजाणे जो भी कह हो गया, ते साडा फर्ज आ इंडस्ट्री वाले इकट्ठे हो के ਉਹ ਜਿਹੜੀ ਸੰਸਥਾ ਨੇ ਮੁੱਦਾ ਚੱਕਿਆ ਜਾਂ ਪੰਜਾਬੀ ਲੋਕਾਂ ਨੇ, ਅਸੀਂ ਸਾਰੇ ਕਹੀਏ ਵੀ ਸਾਡੇ ਵੱਡੇ ਭਰਾ ਤੋਂ ਗਲਤ ਹੋ ਗਿਆ, ਚਾਹੇ ਉਹਨੇ ਕੀਤੀ ਵੀ ਨਹੀਂ, ਫਿਰ ਵੀ ਅਸੀਂ ਆ ਪੰਜਾਬੀ ਹਾਂ, ਉਹਨਾਂ ਲਈ ਨਿਮਰਤਾ ਸਹਿਤ ਅਸੀਂ ਬੇਨਤੀ ਕਰ ਸਕਦੇ ਹਾਂ। ਅਸੀਂ ਤਾਂ ਬੈਠੇ ਨੈੱਟ ਖੋਲ੍ਹ ਕੇ ਤਮਾਸ਼ਾ ਦੇਖ ਰਹੇ ਹਾਂ। ਅਤੇ ਜਿਹੜੀ ਮੈਂ ਗੱਲ ਪਹਿਲਾਂ ਗੱਲ ਕਹੀ ਆ, ਚਾਹੇ ਗਾਉਣ ਵਾਲੀਆਂ ਅਤੇ ਚਾਹੇ ਗਾਉਣ ਵਾਲੇ ਆ, ਮੈਂ ਵੀ ਵਿੱਚੇ ਹੀ ਹਾਂ, ਕਿਉਂਕਿ ਮੈਂ ਵੀ ਅੱਜ ਇਹ ਬੋਲਿਆ, ਅਸੀਂ ਚੱਡਿਆਂ 'ਚ ਪੂਛ ਲੈ ਕੇ ਬੈਠੇ ਹਾਂ, ਅਸੀਂ ਵੀ ਪੰਜਾਬੀ ਹਾਂ, ਕੁੱਲੂ 'ਚੋਂ ਨਹੀਂ ਆਏ, ਕੇਰਲਾ 'ਚੋਂ ਨਹੀਂ ਆਏ, ਪੰਜਾਬੀ ਹਾਂ। ਸੋ ਮੇਰੀ ਪਹਿਲਾਂ ਬੇਨਤੀ ਆ ਕਿ ਅਸੀਂ ਜਿੰਨਾ ਟਾਈਮ ਇੱਕ ਮੁੱਠ ਨਹੀਂ ਹੁੰਦੇ ਸਾਡਾ, ਅਸੀਂ ਕਿਸੇ ਨੂੰ ਬੇਨਤੀ ਵੀ ਨਹੀਂ ਕਰ ਸਕਦੇ। ਮੈਂ ਚਲ ਗਿਆ, ਦੂਜਿਆਂ ਨੇ ਕਹਿਣਾ ਨੰਬਰ ਬਣਾਉਣ ਚਲ ਗਿਆ, ਅੱਜ ਮੈਂ ਲਾਈਵ ਹੋਇਆ, ਅਗਲੇ ਨੇ ਸਭ ਤੋਂ ਘੱਟ ਕੇ ਅਸਮੱਖਣ ਸੋਸ਼ਲ ਮੀਡੀਆ 'ਤੇ ਆ, ਮੇਰੀ ਟੇਪ ਆਉਂਦੀ, ਮੈਂ ਨਹੀਂ ਕਦੀ ਕਿਹਾ ਮੇਰੇ ਵਿਊ ਵਧਾ ਦਿਓ, ਪੈਸੇ ਲੈ ਕੇ ਘਟਾ ਦਿਓ, ਜਾਂ ਉਹ ਹੋ ਜੂ ਉਹ ਹੋ ਜੂ, ਜੋ ਰੱਬ ਨੇ ਨੈਚੁਰਲੀ ਜਾਏ ਆ। ਅੱਜ ਵੀ ਮੈਂ ਆਪਣੇ ਇੱਥੇ ਖੂਤੇ ਖੜ੍ਹਾ ਹਾਂ, ਮੇਰੇ ਕੋਲ ਜਿੰਨਾ ਕੁ ਹੁੰਦਾ, ਜਿੰਨੇ ਜੋਗਾ ਮੈਂ ਹੈਗਾ ਹਾਂ, ਉਨੇ ਜੋਗਾ ਆਪਣੇ ਸਾਰੇ ਪੰਜਾਬੀਆਂ ਨਾਲ ਮਿਲਦਾ ਵਰਤਦਾ। ਅਤੇ ਰਹੀ ਗੱਲ ਗੁਰਦਾਸ ਮਾਨ ਜੀ ਦੀ, ਕੈਨੇਡਾ ਦੇ ਵਿੱਚ ਜੇ ਉਹ ਕਹਿ ਹੋ ਗਿਆ ਉਹਨਾਂ ਕੋਲੋਂ, ਐਡਾ ਕਿਹੜਾ ਅਟੈਕ ਕਰਤਾ ਪੰਜਾਬੀ 'ਤੇ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਪੰਜਾਬੀ ਆ ਜਿਹੜੇ ਹੁਣ ਸਾਨੂੰ ਸਾਡੇ ਬੜੇ ਭਾਈ ਨੂੰ ਕੁੱਤਾ, ਕੰਜਰ, ਦੱਲਾ ਆਖਦੇ ਆ, ਮੈਂ ਪੁੱਛਦਾ ਵੀ ਕਿਹੜਾ ਸਾਲਾ ਉਹ ਹੈਗਾ ਆ ਜਿਹੜਾ ਪੰਜਾਬੀ 'ਤੇ ਅਟੈਕ ਕਰ ਸਕਦਾ। ਇਹ ਤਾਂ ਸਾਡਾ ਆਪਣਾ ਵੱਡਾ ਭਰਾ, ਜਦੋਂ ਆਪਾਂ ਆਮ ਬੰਦੇ ਆ, ਆਮ ਗੁਣੀ ਗਿਆਨੀ ਬੰਦੇ, ਉਹ ਕਹਿੰਦੇ ਸਾਡਾ ਕੋਈ ਹੱਕ ਨਹੀਂ ਕਿਸੇ ਨੂੰ ਮਾੜਾ ਕਹੀਏ, ਅਤੇ ਸਾਨੂੰ ਜਿਹੜਾ ਕੋਈ ਸਿਆਣਾ ਬੰਦਾ ਸਮਝਾਊ ਉੱਥੇ ਕਹੂ ਯਾਰ ਸਾਡੇ ਕੋਲ ਕੋਈ ਹੱਕ ਨਹੀਂ, ਆਪਾਂ ਕਿਸੇ ਨੂੰ ਮਾੜਾ ਕਹੀਏ, ਆਪਾਂ ਚੰਗੇ ਹੋਈਏ। ਮੇਰੀਆਂ ਗੱਲਾਂ ਭਾਵੇਂ ਚੰਗੀਆਂ ਲੱਗਣ ਜਾਂ ਮਾੜੀਆਂ ਪੈਣੀਆਂ, ਤਾਂ ਮੈਨੂੰ ਗਾਲਾਂ ਆਈਆਂ ਪਹਿਲਾਂ, ਮੈਂ ਸਮਝਦਾ ਹਾਂ, ਅਤੇ ਹੋ ਸਕਦਾ ਕੋਈ ਚੰਗਾ ਵੀ ਮਾੜਾ ਮੋਟਾ ਸਮਝ ਲੈਣ। ਕਿਹੜਾ ਅਟੈਕ ਕਰ ਸਕਦਾ ਪੰਜਾਬੀ 'ਤੇ ਅੱਜ? ਕੇ ਐਸ ਮੱਖਣ ਜੇ ਆਪਣੀ ਗੱਲ ਕਰੇ, ਜੇ ਮੈਂ ਅੱਜ ਲਾਈਵ ਹੋਇਆ, ਮੈਂ ਪਹਿਲਾਂ ਆਪਣੀ ਗੱਲ ਕਰੂੰ, ਮੈਨੂੰ 20 ਸਾਲ ਹੋ ਗਿਆ ਕੈਨੇਡਾ ਦੇ ਵਿੱਚ, ਮੈਂ ਆਪਣੀ ਬੁੱਤਾ ਲਾਊ ਗੁਜ਼ਾਰੇ ਜੋਗੀ ਇੰਗਲਿਸ਼ ਬੋਲਦਾ, ਆਪਣੇ ਕੰਮ ਕਾਰ ਲਈ ਜਾਂਦਾ, ਕੋਈ ਚੀਜ਼ ਲੈਣ ਜਾਂਦਾ, ਅਤੇ ਮੈਂ ਟਰਾਈ ਕਰਦਾ ਵੀ ਮੈਂ ਉੱਥੇ ਬੋਲਾਂ, ਨਹੀਂ ਤਾਂ ਪਤਾ ਨਹੀਂ ਲੱਗਣਾ ਮੈਂ ਲੈਣ ਕੀ ਗਿਆ। ਹੈਂ, ਜੇ ਹੁਣ ਅਸੀਂ ਇੱਥੇ ਪੰਜਾਬ ਇੰਡੀਆ 'ਚ ਰਹਿ ਕੇ ਦਿੱਲੀ ਬੰਬੇ ਜਾਂਦੇ ਹਾਂ, ਉੱਥੇ ਹਮਕੋ ਤੁਮਕੋ ਕਰਨੀ ਪੈਂਦੀ ਆ ਭਰਾਵੋ, ਬਾਹਲੇ ਤੁਸੀਂ ਸਿਆਣੇ ਨਹੀਂ ਗਏ ਸਾਡੇ ਨਾਲੋਂ, ਅਸੀਂ ਵੀ ਬਾਹਲੇ ਸਿਆਣੇ ਨਹੀਂ ਗਏ, ਉੱਥੇ ਜੋੜ ਤੋੜ ਲਾਈਦਾ ਅਤੇ ਅਸੀਂ ਮਰਦੇ ਦਮ ਤੱਕ ਇੱਧਰਲੇ ਪਾਸੇ ਵਸੇਵੇ ਆ, ਉੱਥੇ ਤੱਕ ਪਤਾ ਨਹੀਂ, ਇੱਥੇ ਮੈਨੂੰ ਦਾਗ ਦੇਣੇ ਆ,
पता नहीं कनेडा च मेरा फ्यूनल होना आ, मैनू थोड़ा पता आ मरते दम तक किहड़ा पंजाबी मेरे बिचों कढ दू जां मैं छड दूंगा पंजाबी, मैनू कोई होर लैंगुएज होना ऐसे जान पता नहीं आ सकती। अगला मैं कितने होर जम्मू तो मैं ये गल कह रहा भी गुरदास मान पंजाबी किदां छड़ दूगा। गुरदास मान कभी भी पंजाबी नहीं छड़ सकता, हमेशा उन्हें पहरा दिता आ। तो पंजाबी अज जिहड़ा वीर प्रोटेस्ट करन गया, मैं उहदी गल करदा जे गलती हो गई सी, चलो एक वह शख्सीयत आ परसनैलिटी है, वैसे तो रब के सारे बंदे इको जे आ। मान लो गुरदास मान का सानू पता नहीं भी किहड़े घर च रहिंदा, कनेडा च किहड़े होटल च रहिंदा, तो बुद्धिजीव बड़ा पढ़िया लिखिया बंदा आ जिहड़ा वीर चरणजीत सिंह आ कनेडा तो, ते मैं समझदा उन्हूं पंज बंदे कौम दे लै के कमेंटी दे पंजाबी जिहड़े उत्थे पहरा दिंदे आ उन्हां नूं नाल लै के प्रमोटर कोल जांदे वी भाई गुरदास मान जी ने आह गल कही आ वी सानू उत्थों इह आस नहीं सी, जे फिर भी ओह अड़ी करदा फिर इह स्टैप सी आ जिहड़ा उहने स्टैप चक्किया उह उहदा स्टैप नहीं सीगा। जे उह सीना ताण के गया प्रोटेस्ट करन, जे उह हिक ताण के गया मोहरे नेले नूं देला टक्कर पिया, उहने भी पंजाबी च जो कहा पंजाबी च कहा, उहने भी कोई कन्नड़ च नहीं कहा जां होर हिंदी हिंदी भाषा च नहीं कहा। आपां नूं की पता हुण इत्थे प्रोटेस्ट हुंदे आ, इत्थे स्कूलां च टीचर प्रोटेस्ट करदे आ, होर कमेंटियां प्रोटेस्ट करदियां, अपने धर्म वाले प्रोटेस्ट हुंदे आ, डाक्टर टीचर सारे प्रोटेस्ट करदे उत्थे, उहनां नूं की पता उहनां नाल की होणा, बछाड़ां पैंदियां पाणी दियां डांग फिरदी, इह पहलां सोच के जाणा चाहीदा। हुण अज जिहड़ा इशू आ ਉਹ ਹੈਗਾ ਵੀ ਉਹਨਾਂ ਨੇ ਅਪਸ਼ਬਦ ਬੋਲਿਆ। ਮੈਂ ਤਾਂ ਸੋਚਦਾ ਬੜੀ ਗੁਰਦਾਸ ਮਾਨ ਨੇ ਸਾਹਿਤਕ ਜੀ ਗਾਲ ਕੱਢੀ ਆ, ਜਿੱਦਾਂ ਦਾ ਮਾਹੌਲ ਸੀ ਉੱਥੇ, ਲੇਡੀਜ਼ ਵੀ ਸਾਡੀਆਂ ਬੈਠੀਆਂ ਸੀ, ਉਹ ਕ੍ਰੀਏਟ ਹੋਇਆ ਉਸ ਬੰਦੇ ਵੱਲੋਂ, ਉਹਨੇ ਜਾ ਕੇ ਪ੍ਰੋਟੈਸਟ ਸ਼ੁਰੂ ਕੀਤਾ। ਹਿਊਮਨ ਬੀਂਗ ਆ ਯਾਰ, ਉਹ ਰੱਬ ਤਾਂ ਹੈ ਨਹੀਂਗਾ। ਹੁਣ ਮੈਂ ਸੋਚਦਾ ਵੀ ਉਹ ਤਾਂ ਗੁਰਦਾਸ ਮਾਨ ਸੀ, ਸਾਡੇ ਵਰਗਾ ਕੋਈ ਕਮਲਾ ਹੁੰਦਾ ਉੱਥੇ, ਮਾਂ ਭੈਣ ਇੱਕ ਕਰਦੇ ਨਹੀਂ, ਭਾਵੇਂ ਸਾਨੂੰ ਛਿੱਤਰੇ ਹੀ ਖਾਣੇ ਪੈਂਦੇ, ਹੈ ਨਾ। ਅਸੀਂ ਪੰਜਾਬੀ ਆ ਯਾਰ, ਸਾਡੀਆਂ ਰਗਾਂ 'ਚ ਪੰਜਾਬੀ ਦੌੜਦੀ ਆ, ਪੰਜਾਬੀ ਦਾ ਐਂਟਰਟੇਨਮੈਂਟ ਕਰਦੇ ਹਾਂ, ਕਿ ਏਡੀ ਵੀ ਕਿਹੜੀ ਗੱਲ ਆ ਵੀ ਹੁਣ ਅਸੀਂ ਗਾਉਣ ਵਾਲੇ ਹੋ ਗਏ ਤਾਂ ਕੰਜਰ ਹੋ ਗਏ। ਕੰਜਰਾਂ ਨੂੰ ਸੁਣਦੇ ਕਿਉਂ ਆ ਤੁਸੀਂ? ਅੰਬ ਲੈਣ ਲਈ ਸੁਣਦੇ ਆ ਤੁਸੀਂ? ਬਈ ਗੱਲ ਇਹ ਆ ਵੀ ਅਸੀਂ ਪੰਜਾਬੀ ਹਾਂ। ਇੱਥੇ ਜੇ ਜਿਹੜਾ ਵੀ ਬੰਦਾ ਕੋਈ ਸਕਸੈਸ ਹੁੰਦਾ, ਕੋਈ ਮੰਤਰੀ ਬਣ ਜਾਂਦਾ, ਕਿਸੇ ਦਾ ਕੋਈ ਕੋਠੀ ਪੈ ਜਾਂਦੀ ਆ, ਖੰਡ ਪਾਠ ਕਰਾਉਂਦੇ, ਇੱਥੇ ਗੀਤ ਵੱਜਦੇ ਆ, ਮੇਰੇ ਨਹੀਂ ਲਾਈਕ ਹੋਰ ਜੈ ਜੀ ਬੀ ਆ, ਬੱਬੂ ਮਾਨ ਆ, ਸਾਰਿਆਂ ਦੇ ਗੀਤ ਵੱਜਦੇ, ਮਾਨ ਸਾਹਿਬ ਦੇ, ਹੋਰ ਨਵੇਂ ਮੁੰਡੇ ਆ ਗਏ ਮਾਰਕੀਟ 'ਚ, ਵਧੀਆ ਵਧੀਆ, ਕਿੰਨਾ ਤੁਸੀਂ ਪਿਆਰ ਦਿੰਦੇ ਯਾਰ। ਜੇ ਮਾੜੀ ਜਿਹੀ ਗੱਲ ਗਲਤ ਨਿਕਲ ਗਈ ਮੂੰਹ 'ਚੋਂ, ਤੁਸੀਂ ਤਾਂ ਜਾਨ ਲੈਣੀ ਕਰ ਦਿੰਦੇ ਆ। ਕਿਉਂ ਕਹਾਈਏ ਕੰਜਰ ਬਈ, ਉਹ ਸਾਡਾ ਬੜਾ ਭਾਈ, ਜੇ ਅਸੀਂ ਨਾ ਉਹਨਾਂ ਖੜੇ ਹੋਵੇ ਹੋਰ ਕਿਹਨੇ ਖੜਾ ਹੋਣਾ? ਉਹ ਕੱਲ੍ਹ ਨੂੰ ਕੋਈ ਸਟੈਪ ਹੋਰ ਲੈ ਲੂਗਾ ਯਾਰ, ਸਾਡਾ ਵੀ ਫਰਜ਼ ਬਣਦਾ, ਅਸੀਂ ਉਹਦੇ ਲਈ ਉਹਲੇ ਵੀ ਖੜੇ ਹਾਂ, ਆਪਣੀ ਪੰਜਾਬੀ ਕਮਿਊਨਿਟੀ ਲਈ ਖੜੇ ਹਾਂ। ਪੰਜਾਬੀ ਜਿੰਦਾਬਾਦ ਆ, ਕੌਣ ਕੱਢ ਲੂ ਪੰਜਾਬੀ ਨੂੰ ਸਾਡੀ 'ਤੇ ਅਟੈਕ ਕਰ ਦੂ? ਜੇ ਏਡੀ ਏਡਾ ਦਰਦ ਸੀ ਆ ਜਿਹੜਾ ਬੰਦੇ ਨੇ ਹੁਣ ਪ੍ਰੋਟੈਸਟ ਕੀਤਾ, ਉੱਥੇ ਮੈਂ ਕੈਨੇਡਾ ਰਹਿੰਦਾ 20 ਸਾਲ ਤੋਂ, ਆ ਜਿਹੜੇ ਮੇਰੀ ਗੱਲ ਸੁਣਦੇ ਆ ਮੇਰੇ ਭਰਾ ਭੈਣ, ਉੱਥੇ ਪੱਗਾਂ ਲੈਂਦੀਆਂ ਗੁਰਦੁਆਰਿਆਂ 'ਚ, ਕਿਰਪਾਨਾਂ ਚੱਲਦੀਆਂ, ਉਹਦੇ ਬੰਦਾ ਕਿੱਥੇ ਸੀ? ਪਤਾ ਵੀ ਅਗਲੇ ਨੇ ਏਡਾ ਟੱਕ ਪਾ ਦੇਣਾ, ਹੈ ਨਾ। ਸੋ ਬੇਨਤੀ ਆ ਯਾਰ, ਕੋਈ ਮਾੜਾ ਮੋਟਾ ਦੇਖ ਲਿਆ ਕਰੋ ਜਦੋਂ ਗੱਲ ਕਰਨ ਲੱਗਦੇ ਆ। ਤੁਸੀਂ ਲੈ ਕੇ ਗਦਾਰ ਕਹਿਣ ਚਲੇ ਗਏ, ਮੋਹਰੇ ਵੀ ਤਾਂ ਪੰਜਾਬੀ ਜੱਟ ਖੜਾ ਹੈ ਨਾ ਸਟੇਜ 'ਤੇ, ਗੁਰੂ ਮਹਾਰਾਜ ਨੇ ਉਹਨੂੰ ਮੰਚ 'ਤੇ ਖੜਾ ਕੀਤਾ, ਉਹਦੀ ਕਿਸਮਤ ਆ। ਫਿਰ ਜੇ ਤੁਸੀਂ ਗਦਾਰ ਲਿਖਿਆ ਤਾਂ ਅਗਲਿਆਂ ਨੇ ਕੰਮ, ਅਗਲੇ ਨੇ ਕੰਮ ਚੱਕ, ਤਾਂ ਨੇਲੇ ਨੂੰ ਦਿਲ ਨਾਲ ਟੱਕਰ ਗਿਆ ਨਾ। ਮੈਂ ਤਾਂ ਉਹੀ ਗੱਲ ਫਿਰ ਦੁਬਾਰਾ ਦੁਹਰਾਉਣਾ ਵੀ ਸਾਡੇ ਵਰਗਾ ਕੋਈ ਕਮਲਾ ਨਹੀਂ ਸੀਗਾ, ਹੈ ਨਾ। ਉਹ ਤਾਂ ਸਾਹਿਤਕ ਬੰਦਾ ਹੈ ਯਾਰ, ਤੁਸੀਂ ਇੱਕ ਮਿੰਟ 'ਚ ਉਹਦੀ ਭੰਡੀ ਕਰਕੇ ਰੱਖਤੀ, ਇੱਕ ਹੋਰ ਬੰਦਾ ਅਮਰੀਕਾ ਤੋਂ, ਉਹ ਗਾਉਣ ਵਾਲਿਆਂ ਨੂੰ ਲੁੱਚਿਆਂ ਦੇ ਕੰਜਰਾਂ ਤੋਂ ਬਿਨਾਂ ਗੱਲ ਨਹੀਂ ਕਰਦਾ। ਕੀ ਯਾਰ ਉਹਦਾ ਨਾਂ, ਉਹਦਾ ਨਾਂ ਹੈਗਾ ਆ ਗੰਭੀਰ। ਕਿਆ ਗਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਸਾਰਿਆਂ ਨੂੰ? ਉਹ ਪੰਜਾਬੀ ਆ, ਜ਼ਿਆਦਾ ਫਿਰ ਛੱਡ ਦਿਓ ਪੰਜਾਬ, ਬਾਹਰ ਮਰ ਜਾਓ, ਚਲੇ ਜਾਓ ਕਿਤੇ ਵੀ, ਉੱਥੋਂ ਤੁਸੀਂ ਕੰਜਰ ਹੋ। ਸਾਰਿਆਂ ਨੂੰ ਕਹਿੰਦਾ, ਉਹ ਕਹਿੰਦਾ ਗਾਉਣ ਵਾਲੇ ਕੰਜਰ ਲੁੱਚੇ ਆ। ਹੈ ਯਾਰ, ਇੱਕ ਲਹਿਰ ਆ, ਇੱਕ ਜਿੱਦਾਂ ਪੁਲਿਸ ਆ ਨਾ, ਜਿੱਦਾਂ ਰੇਲਵੇ ਮਹਿਕਮਾ ਆ, ਜਿੱਦਾਂ ਟੀਚਰ ਆ, ਜਿੱਦਾਂ ਇਹ ਸਾਡੇ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਗਾ, ਸਾਡੇ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਗਾ। ਐਂ ਵੀ ਦੋਗਲੀਆਂ ਗੱਲਾਂ ਮੈਂ ਗਾਉਣ ਵਾਲਿਆਂ ਨੂੰ ਪਹਿਲਾਂ ਬੇਨਤੀ ਕਰਦਾ, ਪਹਿਲਾਂ ਮੈਂ ਛੱਟ ਸਾਰੀ ਇੰਡਸਟਰੀ ਨੂੰ ਦਿੰਦਾ। ਐਂ ਵੀ ਚੱਡਿਆਂ 'ਚ ਪੂਛ ਲੈ ਕੇ ਬੈਠੇ ਯਾਰ, ਆਪਾਂ ਕਿੰਨਾ ਰੁਜ਼ਗਾਰ ਦਿੰਦੇ ਹਾਂ, ਕਿੰਨੇ ਢੋਲਕੀਆਂ ਬਾਜੀਆਂ ਵਾਲੇ, ਸਾਊਂਡ ਵਾਲੇ, ਡੀਜੇ ਵਾਲੇ, ਕਿੰਨੀ ਦੁਨੀਆ ਇੰਜੋਏ ਕਰਦੀ, ਕਿੰਨਿਆਂ ਦਾ ਘਰ ਪਲ ਰਹੇ ਆ ਯਾਰ। ਘੱਟੋ ਘੱਟ ਤੁਸੀਂ ਵੀ ਇਕੱਠੇ ਹੋ, ਲੋਕਾਂ ਨੂੰ ਦੱਸੋ ਯਾਰ, ਇਹ ਵੀ ਇੱਕ ਮਹਿਕਮਾ ਆ, ਹੈ ਨਾ। ਸੋ ਇਸ ਕਰਕੇ ਮੇਰੀ ਬੇਨਤੀ ਆ, ਪਹਿਲਾਂ ਤਾਂ ਪੰਜਾਬੀ ਕਮਿਊਨਿਟੀ ਨੂੰ ਵੀ ਇੱਕਦਮ ਨਾ ਯਾਰ ਇੱਦਾਂ ਚੱਕ ਦਿਆ ਕਰੋ ਕੰਮ, ਥੋੜ੍ਹੀ ਵਾਲੀ ਉਹਦੀ ਭਾਵਨਾ ਹੋ ਸਕਦੀ। ਹੁਣ ਭਾਵਨਾ ਦੀ ਗੱਲ ਕਰੀਏ, ਮੈਂ ਗੀਤ ਫਿਲਮਾਇਆ ਸੀਗਾ ਆਪਣਾ ਦਸਤਾਰ ਹੈ ਤਾਂ ਸਰਦਾਰ ਪ੍ਰਾਈਮ ਏਸ਼ੀਆ ਦੇ ਟਹਿਣੇ ਨਾਲ ਮੈਂ ਗੱਲ ਕੀਤੀ,
मैं क्या यार मैं एक गीत किया अपने चित्तों साफ सुथरा भी चल महाराज ने कृपा की आ भी आप कोई धार्मिक गीत करते कोई कंपनी करने तैयार नहीं सी। अज मैं गल दोहरा मेरी भावना हूँ देखो वो मैं गीत बाज लिया उस गीत पहला जिदा शेर लिया फिर आजगर लिया होर लाइव मैं चाहिए हों भी मैं यार इदा की कोई ना कोई गल करा है ना डे एक्सट्रा ऑनरी करिए भी बद करना चाहिए सेम तो सारे करते जो मैं बाज लैके कर रहा सी वीडियो और यूट्यूब तो हैगा मेरे ख्याल वो दो सिंह घुसर मुसर करते ही मैं उन्होंने को गया मैं हाँ जी सिंह साहब भी सारा सुख सह दिया भी ठीक है नहीं कहते यार तू गुरु साहब की रीस कर रहा वो मैं क्या यार मेरी भावना तो सुन लो मैं ये वीडियो बना रहा चलो तुम कहता पर मेरी भावना यह भी मैं गुरु साहब की जी रीस की तुम गल की रीस तो वो मैं एक जन्म की मैं हजार जन्म नहीं कर सकता तो होर कि पंजाबी आ जड़ा नैतनेमिया कवे कवे हैक तान के मैं गुरु साहब की रीस कर सकता कर लूँ कोई रीस गुरु साहब की तो मैं कौन हूं मैं किदा रीस कर लूँ यार किसी की भावना होंगी जो उन्होंने कहता कहना मेरा ख्याल है भी मेरा अंदरली आत्मा यह कह रही भी जिदा उत्थे मेरे वीडियो से होया मान साहब वो कोई रब तो है नहीं गे उन्हां को कहना तो उन्हें सी भी ये लिंक भाषा होनी चाहिए है ना चलो आप दोबारा भी पूछ लेंगे हो सकता वो दोबारा जे कह भी हो गया होगा तो बंदा थोड़ा यार दोबारा सोच भी लेंदा चाहे फॉरमैलिटी शब्द या डिक्शनरी का चाहे वह फॉरमैलिटी पूरी कर लेंगे ये गल कह के भावें उन्होंने तो जिस भी लहजे च जाने अणजाने कह हो गया तुसी पांच बंदे सीनियर बिचे ये भाई साहब जाते जिहड़े चरणजीत सिंह आ ये भी नाल जाते उत्थे प्रमोटर नूं पुछदे भी मान साहब नूं मिलना नहीं तो कल नूं यार रौला पऊगा उत्थे मेरा ख्याल है भी ये गल होनी नहीं सी एडा विवाद एडे लेजेंट बंदे नूं तुसी उन्हूं खेखन करके रखता यार बिना गल तो है उन्हूं पुछदे जे वह फिर रड़ी करता फिर तुम प्रोटेस्ट कर लेंदे वह स्टैप अगला सी प्रोटेस्ट का तुम अपना सीना चौड़ा करके चल गए सरदार बंदा यदा मत ले थोड़ो भी सरदार हरेक ना जाके बिना गल तो जब पा लूगा खड़जगन पा दूगा घसमाण पा दूगा वो जाके उदों सिचुएशन जी मान मान साहब ना मानते है ना फिर जाके जे वो हुण सीना तान के गया तो फिर उत्थे झलनी भी पैनी सी मोहरे उन्हें मैं पहला दस्या भी कन्नड़ जगाड़ नहीं गड्डी उन्हें पंजाबी च गड्डी आ सो बेनती आ सारिआं नूं ये एक स्टेज हुंदी आ उदां ही तुसीं यार सानू कंजर कुत्ते दल्ले आ मैनू हुण मैं तां वी सोचदा मेरा किसी ने पाता गुरदास मान जिंदाबाद वो मेरे को स्टेज का प्रोग्राम पाया सीगा भी गुरदास मान जिंदाबाद है उहदे थले मैनू 150 गाल कढ़ती मैनू पता भी नहीं मैनू सवेरे किसी ने भाजी तुसीं आ बयान कदों ता मैं क्या दिता नहीं हुण मैं देण लगा क्योंकि मैं सोशल मीडिया ते आउणा नहीं चाहुंदा अगले कहिंदे भी इह यार स्टंट आ पिछे साडे गाउण वालिआं ने इह भी गल झूठी नहीं भी गाउण वालिआं ने पता नहीं रैई कीती हुंदी आ भी चल यार चार गालां तूं मैनू कढ़ दईं चार मैं तैनू कढ़ दूँ लोग तमाशा देख के आपां पंप अप तां होईए वो दो तीन रम्मी ते एली दे उह पता लग गया उत्थे वो बेचारे दे कुट पै गई है बिना गल तो हो सकता वह कनेडा स्टाइल ना आया हो पुलिस होर हुंदी भी चाके लै जांदी रात नूं अद्धी रात रिलीज़ कर दिंदी आ इत्थे अगले फिर पटा चाढ़दे आ तुसीं समझदे ना सारी गल वो कहानी जिहड़ी अंडरस्टूड होनी चाहिए असीं पंजाबी आ साडी पंजाबी नूं इक मुठ होना चाहिए आ जिदा हुण साडी पंजाबी दी यार सिक्खी नूं सिक्खां ने तबाह कीता आ सारिआं ने आ जिहड़ा देख लो 20 संप्रदायां कोई नरम ख्याली कोई गर्म ख्याली कोई शर्म ख्याली टकसाली आ संप्रदा वा हा हा यार असी कित्थे जाना असी कित्थे स्टैंड करते हैं असी पंजाब च खड़े हाँ कि सानू हुण तुसीं छेक दोगे छेक दिओ छेकना धर्म चो छेक दिओ पंजाब चो छेक दिओ कित्थे मर जाइए असी जाके इदां गल्लां सुनी जाइए साडियां रगां च जिहड़ा खून दौड़दा आ 200 एट मैं रखी कोठे आ दिखा जिहड़ा कोठा इन्हां नूं कोई आऊगा बिना गल तो सारा सिर पाड़ दूं मैं बिना गल तो तुसीं कंजर दल्ले उदां ही भौंकी जाने कुत्तिआं वांगू कोई साली यार कोई लिमिट हुंदी आ ना साडे तो बिना जीना भी नहीं तुहाडा जाओ अद्धा पंजाब साडे नाल आ जां सवेर नूं दिखाल दिंदे आ जाओ खड़ जाओ जिन्हें खड़ना आके आ साडी भी कोई अमेज आ ना वह बाकी गाउण वालिआं नूं फिर मैं कहिंदा तुसीं जे कंजर आ तां फिर चड्डिआं च पूछा लै के बैठे रहो नहीं तां बंदिआं वांगू मान साहब लई आपां पंजाबीआं नूं बेनती करदे हाथ जोड़ के भी यार पंजाबीओ साडे बड़े भाई तो गलती हो गई आ जिहड़ियां गायकां आ गायक आ सारे राइटर आ जाण एक पासे तुसी उदो तले चट्टण नूं फिरदे तुहानूं फोटो खिचाउण नूं नहीं मौका मिलदा गाउण वालिआं दी गल करदा मैं इशू तां तुसी बाकियां ने झट बना लेना
बाकी आ हुण जिहड़ा सिक्खी लिया मैं गल करदा ही विच होर पासे चल गई आ साडी सिक्खी दी तबाही हो रही आ संप्रदावां आ नरम ख्याली गर्म ख्याली उह किहड़े ख्याली आ तुसीं चंगे ख्याली तां तुसीं है ही नहीं गे चंगे ख्याली नहीं गे तुसीं क्योंकि धर्म दे जखणा पट्टी पई आ जदों देखदे उदों पग ला दिंदे आ जदों देखदे आ तुसीं इदां अद्धे लोक विछड़ जाणे आ तुहाडे नालों मेहनतिया थोड़े अगे भरावो ख्याल करिया करो जदों कोई गल दें उदा ही ना ठोकदे रहा जे मैनूं 150 गाल पई आ पहलां मैनूं पता भी नहीं मैं अपने घर सुत्ता पिया आ उत्थे किसी ने गुरदास मान जिंदाबाद यार गुरदास मान जिंदाबाद आ पंजाबी भी जिंदाबाद आ मैं दोगली गल नहीं करदा मैं पंजाबी आ मैं तुहानूं पहलां गल नबेड़ती बई मैनूं इंग्लिश नहीं आउंदी मैं अगले जन्म आऊगी जे मैं सीखनी चाहवां हिंदी मैनूं नहीं आउंदी आ मेरे खूह ते आ 50 बंदे आ मेरे खूह ते कोई नहीं हिंदी बोल सकदा यार एडा भी असीं अनएजुकेट नहीं मेरे परिवार का नाँ आ के एस मक्खण करके मैं पोलीटैक्स भी पैर रखदा मैं जरूरत भी रखदा आ मैं गायक भी हाँ आलराउंडर बंदे भी घट हुंदे आ बट असी कित्थे चल जाइए हुण हमको तुमको करना पैंदा जिहड़े हुण पार्लीमेंट आ ना आ जिहड़े 13 कैंपी बने आ तुहाडे कोल कनेडा आ जाण तुहानूं इदा पैर गाणा तुसीं चट्टण नूं फिरना ते तुसीं डंडौत करदे फिरना पता तुहानूं है ना तुसीं चापलूस आ हुण साडे वर्गे जिहड़ा बंदा कोई निम्रता नाल रहिंदा तुसीं रहिण नहीं दिंदे यार निम्रता नाल कोई रहिण किसी नूं टैक लैण दा उहनूं पुछ लो इक वारी तूं बई इह जाण बुझ के करदा कि जां ते तू अणजाणपुणे च हो गया यार कोई कहानी आ किहड़ी तुहाडी फिलोसफी आ यार किहड़े तुसीं बुद्धिजीव आ आ दो प्रचारक बेवकूफ जिहे हुण सानूं भी कहना पैणा आ उदां ही चक्के तुसीं ठोकी जांदे आ जी इह कंजर आ इहनां ने माहौल खराब कर सारे गुरदास मान तों वधिया तां सिंगर ही कोई है नहीं यार साडे वर्गिआं तों तुसीं कहि भी सकदे होर दो चार कोई हैगे पंजे उंगलां इक्को जिहीआं नहीं दुनिया कहिंदी आ पंज उंगलां इक्को जिहीआं नहीं गाउण वाले इक्को जिहे नहीं स्पोर्ट्समैन इक्को जिहे नहीं पोलीटिशियन इक्को जिहे नहीं होर कोई किसे पब्लिक इक्को जिहे नहीं यार सो बेनती आ सानूं अपनी जिंदगी जीण दिओ गलती करदे सानूं इक वारी आके समझा सकदे कोई केड़ी कमेंट च केड़े बंदे आ सानूं समझाउण वाले पहलां तां मैनूं ओह नहीं पता लगदा कोई आके किसी नूं बेनती करे बेनती नहीं कहे भी यार तुसीं आओ भी आ पंजाबी कमेंटी का मामला आ है ना असी भी किसी नूं यार कोई करदा असी हुण पब्लिक नूं सानूं तां 150 गाल पैंदी आ मोहरों है ना फिर किहनूं कहीए असी बैठे सी चुप करके आ मैं राती देखिया मैनूं उदां ही बिना गल तों 150-200 गाल किसी ने लिखता भी गुरदास मान जिंदाबाद बई के एस मक्खण वो लाइव शो कोई चल रहा उदां ही फट्टे चकते हैं ये किहड़ा पंजाबी दा सबूत आ भी बहुत तुसीं बई गर्म ख्याली तुहाडियां रगां च बहुत खून दौड़दा हां मेरे कोल हुण कोई आ कई ना मैं मार मार पुट्ठे करदा हुण जी करदा भी इत्थे 1.5-4 लाख बंदा देखदा आ इहदे विच लेडीज़ भी होणियां ते जे हुण असीं गंदी जबान वरती फिर वैसे तां मैं गल करदा 80% बंदे गाल कढ के गल करदे आ चाहे कनेडा अमेरिका इंग्लैंड इत्थे पंजाब च बैठे आ हुण मैं बंगला साहब गुरुद्वारे गया उत्थे हिंदी च लिखिया ये बड़ा सिख आ ते आके पहलां उहनूं लावे अपने हत्थी पुछे ना कड़ी कमेंटी नूं पुछे ना उस कमेटी कमूटी नूं आ के ला दे पाड़े उहनूं परचे नूं उत्थे लंगर हाल च लिखिया पंजाबी च भी बे लंगर सिख धर ढक के छको ते शांति नाल गल्लां ना करो जी हिंदी च भी लिखिया आ पंजाबी च भी जिहड़ा यार इत्थों पंजाब तों बाहर जाणा उहनां ने माड़ा मोटा हमको तुमको करनी पैणी हुण पार्लीमेंट च गया कई नेता मैं बोलदे देखे आ हैं वोटां बनाउण दी खातर वोटां बनाउण दी खातर आ इह सारा कुछ पंजाबी मामले मैं तां इह पुछदा किहड़ा साड़ा पंजाबी नूं हटा सकदा किहड़ा अटैक कर सकदा चलो जे गृह मंत्री ने कहता उहदी भी इह उहने कहा भी राष्ट्र दी भाशा इक होणी चाहीदी उहने कहा है ना उहदे विच उहनूं लिंक भाशा कह देणा चाहीदा सानूं जे असीं कहिणा भी आ सतनाम सिंह माणक अजीत अखबार दे आ मैं राती उहनां नूं सुणदा सीगा उन्हां दी बड़ी वधिया गल सी पंजाबी बोली लई उह हुण मैनूं इह भी नहीं पता भी उह हिंदू आ कि सिख आ सतनाम माणक उहनां दा नां आ अजीत अखबार दे विच उह मेन स्ट्रीम दे विच आ मैनूं उहनां दे स्टेटस दा नहीं पता भी कौण आ उह लाइक सतनाम माणक जी बड़ी अच्छी शख्सियत आ पंजाब दी पंजाबी बोली लई उह वाघा बार्डर ते भी उत्थे प्रोग्राम भी करवाउंदे गाउण वाले भी जांदे उहनां दे कहण ते चलो मेरे कहण दा मतलब बहुत वड्डा उपराला आ उहनां ने इक गल कही सी भी हो सकदा भी इह उन्हां ने कहना इदा होवे जां उन्हां नूं कहना इदा चाहीदा सी हुण इह तां नहीं हैगा भी एक भलवान आ ते उह गा चंगा लूगा एक गायक आ ते उह
पोलीटिक्स चंगी गल एक पोलीटिशियन या तो वह कबड्डी वधिया खेड लूगा ना इदा नहीं हो सकती कोई कितने ना कितने कोई कमी पेशी होंगी असी यार इंसान गलतियां का पुतला आ गलती हो जाती तुसी तां चक के कंजर दल्ला दुल्ला पता नहीं किहड़ा किहड़ा शब्द वरत दिंदे आ जो तुहाडे मूँह आउंदा आ टूटी लंघ जाए सारे तुसी भी तां इदा ही आ फिर मोहरिओ इदा ही हुंदा वी नहीं लैनू दहीला टक्करदा मैं तां इह बेनती करूँगा इह हैगा सच गल मैं सच दे नेड़े दी कीती आ चाहे दे किसे दे गिट्टे लगे चाहे गोडे लगे बाकी रही गल ये भी गुरदास मान जिंदाबाद आ गुरदास मान जिंदाबाद आ ते पंजाबी जिंदाबाद आ ते पंजाबी साडे विचों कोई कढ नहीं सकदा ते ये नहीं भी कोई मूँह चक्कू दा सानू कह दू बाकी मैं तो क्लीयर भी कर दिता भी जिन्हें सानू पंजाब चों छेकना या सानू धर्म चों छेकना फिर छेक दे जिन्हें छेकना है ना फिर साडा जो रवैया हो असी वह देख लाँगे उदा बिना गल तो भरावो इदा ना मूँह चक के नारा ठोक दिया करो ये गुरु महाराज ने जिहड़ा नारा ते जकारा सानू दिता ये बड़ी बहुत बड़ी अहमियत है इहनू थां टिकाणे ते लाया करो उदा ही ना चक दिओ प्रोग्राम चलता एक बंदे ने नारा लाया तो चलो जी मगर पांच सत्त जने और यार हाल मोहरे बैठा लोगों ने टिकटा लाइया तुसीं कोई सिचुएशन बनाओ तो यही मैं बेनती करनी सी कि बाकी गाउण वाले नू फिर मैं कहना बी चड्डिया चों पूछ कढो बाहर एक मुठ होवो नहीं तो इदा ही कंजर तो फिर है कही जाते लोग तो कहाई चलो फिर नाल असी तुहाडे उदां दे जिद्दां दी कोखो उदां दे बच्चे उदां दे हो तुरांगे फिर जिधर नू तुरिया बाकी मैं सिख संस्थावां नू क्योंकि इहदे मोहरे भी सिख चेहरे आए आ उहनां नू मेरी हथ जोड़ के बेनती आ बी लोकां नू दूर ना करो नेड़े करो उहनां नू किसे ढंग नाल प्लेटफॉर्म अज तुसीं टारां मारी जांदे आ उत्थों बैठे पंजाबी इत्थे आओ ज़िला पद्धरी ब्लॉक पद्धरी करो तो मीटिंगा जिथे जिथे साइन लगे आ हिंदी च ला के आओ मोहरे होवो तुसीं असी मगर तुरदे हाँ नाल तुरदे हाँ मगर भी नहीं नाल तुरंगे उत्थों पाड़ो फिर देखो कानून की करता आप सारे झलांगे इतों बैठे कही जाने हिंदी मासी आ फलाना आ वह जे उन्हें कहता इड्डा की उन्हें सप्प लड़ाता थोड़े है ना तुसी आके आप उत्थे तुसी अज तां साडे गाउण वाले उदा ही बैठे आ गुम सुम जो उदा तुसी इत्थे नारा छड़ दिंदे इत्थे भैं जो जनता मरवा देनी तुसी बिना गल तो आओ असी खड़े हाँ नाल मेरा काफिला नाल चलू थोड़े जे ना तुरंगे तो ता के हो पंजाब च खड़ा गल करदा ना तुरंगे तो ता के हो लग जे जिहड़ी साली फांसी लगनी तुसी इदां नहीं भी सानू हुण इत्थों बैठे बांदर बना दोगे इत्थों बैठे नारा छड़ दिओ इत्थे आओ मोहरे हो के लाओ नाल तुरंगे आ कई चो बहां कढ के तुरूंगा कई चो बहां कढ के तुरू नाल भी चलो मैं पहला पाड़ूंगा आओ किसी की दसे तो सही सानू मुड़ के असी फस गए फिर किने पुछना जदों किसी के बैपता अतीत के परछावे अतीत के परछावे प्रोग्राम कट के देखो लोगों के बाले है नहीं गे बाले उन्होंने बाले है नहीं गे का घा उगे पै कोठिया जेडे संघर्ष लिए मरे आड़िया गलों च आ गए इदा नहीं हूँ आना किसी ने आओ इतने ग्राउंड बनाओ लोगों बेनती करो लामबंद करो ग्राउंड बनाओ आप यार पहला बेनती करिए भी लाओ असी पंजाबी हाँ जा जिहड़े भी बंदे ने उत्थों कीता उन्होंने जाके बेनती करो दस बंदे मोहरी होवो उत्थे जाके सेंटर च गल करो जी तुसी इदा नहीं कर सकते बई साडा पंजाब आ दूजे भी दूजिया स्टेटा नू नाल लवो आके कोई बेनती करो तुसी तां उदा ही छड्ड दिंदे जगारा बोले सौ निहाल कह के पता हुंदा नहीं कहना करना की आ कित्थे जाना है ना जे किसी नू बाली तंगी होवे तो मैं आके इत्थे गल कर सकदा मैनू सद सकदा बे भाई तू बोलिया मैं गल बैठ के टेबल ते करनी चाहुंदा भी सानू दसो असी किधर नू जाइए तुसी सानू सभ्याचार लई प्रेरित कर सकदे आ कोई क्लासेज होणियां चाहीदियां हैं कोई हर तरह दी मीडिया दीआं क्लासां लगनियां चाहीदियां उदां ही एवें दुखी तिक्की उठ के मीडिया वाला भी चक दिंदा जी उहने ऐ कर दिता उह टाइटल की बनाया के एस मक्खण ने जिंदाबाद मैं गालां कढां गुरदास मान नू जां मैं होर किसी नूं हुण मैं दूजे नूं गालां कढां जिहड़े बंदे ने प्रोटेस्ट कीता हुण गुरदास मान नूं मां भैण दीआं गालां कढां जां प्रोटेस्ट करन वाले साडे भी सारे विचार आ असीं कित्थे लै जाणे अपने विचार लिजाइए कित्थे दसो पहलां है ना असीं भी इत्थे ही सांझे करने तुसीं सांझे करने जाणदे आ साडे कोल भी हक हैगा सो जे तां पंजाब नूं बचाउणा इक मुठ होवो पहलां तां मैं सिखां नूं बेनती करदा आ पाणी दा मुद्दा हुंदा ओ यार भरे पए आ असीं भरे फिसे पए आ
ਤੁਸੀਂ ਇਕੱਲੇ ਹੀ ਉੱਥੇ ਨੂੰ ਤੁਰ ਪੈਂਦੇ ਆ, ਕਿਹੜੀ ਨਹਿਰ ਆ ਮੈਨੂੰ ਤਾਂ ਪਤਾ ਨਹੀਂ। ਉਹ ਆ ਨਾਲ ਲਓ ਆ ਵਾਲਮੀਕ ਭਾਈਚਾਰਾ, ਸਾਰੀਆਂ ਰਵਿਦਾਸੀਆ ਕਮਿਊਨਿਟੀ ਆ, ਹਿੰਦੂ ਪੰਜਾਬ 'ਚ, ਇਹਨਾਂ ਨੂੰ ਉੱਥੋਂ ਵਾਲਾ ਚੇਨਈ ਤੋਂ ਬੋਤਲਾਂ 'ਚ ਪਾਣੀ ਆਉਣਾ, ਇਹਨਾਂ ਨੇ ਪਾਣੀ ਕਿੱਥੋਂ ਪੀਣਾ? ਇਹ ਕਿਉਂ ਨਹੀਂ ਨਾਲ ਜਾਣ? ਜੇ ਡਾਂਗਾਂ ਖਾਣੀਆਂ ਇਹ ਵੀ ਖਾਣ ਨਾਲ, ਤੁਹਾਡਾ ਇਕੱਲਿਆਂ ਦਾ ਪਾਣੀ ਆ, ਤੁਸੀਂ ਐਵੇਂ ਉੱਦਾਂ ਹੀ ਤੁਰ ਪੈਂਦੇ ਆ। ਜਿੱਥੇ ਵੇਖੋ ਉੱਥੇ ਨਾਰਾ ਜੀ ਪੰਜਾਬ ਦਾ ਪਾਣੀ, ਪੰਜਾਬ ਦਾ ਪਾਣੀ। ਉਹ ਯਾਰ ਆਪਾਂ ਆ ਕੇ ਕੌਂਸਲਿੰਗ ਕਰੀਏ, ਸਿਆਣੇ ਬੰਦੇ ਉੱਥੋਂ ਆਓ, ਆ ਝੋਨਾ ਸਾਡੀ ਫਸਲ ਨਹੀਂ ਗੀ, ਇਹ 2 ਸਾਲ 3 ਸਾਲ ਲਾ ਲਓ ਜੇ ਬਹੁਤ ਕਮਾਈ ਕਰਨੀ, ਇਹਨੂੰ ਇੱਥੋਂ ਇਹਦਾ ਥੋੜ੍ਹਾ ਲਾਓ, 2 ਸਾਲਾਂ ਬਾਅਦ ਲਾਓ ਕਣਕ ਆ, ਉਹਦਾ ਰੇਟ ਵੱਧ ਲਓ, 50 ਵੇਚ ਲਓ, ਆਪ ਵੇਚ ਲਓ, ਲੋਕ ਲੈਂਦੇ ਹੀ ਆ। ਸੋ ਬਹੁਤ ਕੁਛ ਆ, ਮਿਹਨਤ ਵਾਲੀ ਗੱਲ ਆ। ਪੰਜਾਬ ਗੰਦਲਾ ਹੋਇਆ ਪਿਆ, ਇਹਨੂੰ ਹੋਰ ਗੰਦਲਾ ਨਾ ਕਰੋ, ਇਹਨੂੰ ਮੋੜੋ, ਇਹਨੂੰ ਮੋੜ ਲਾ ਲਓ, ਮਿਹਨਤ ਵਾਲੀ ਗੱਲ ਆ, ਇਹ ਨਹੀਂ ਤਾਂ ਕੰਮ ਖਰਾਬ ਹੋ ਜਾਣਾ। ਆ ਪਹਿਲਾਂ ਸਾਡੇ ਨਾਲ 15-20% ਲੋਕ ਰੁਜ਼ਗਾਰ 'ਤੇ ਆ, ਗਾਉਣ ਵਾਲਿਆਂ ਨਾਲ ਪੁੱਛ ਕੇ ਦੇਖੋ, DJ ਵਾਲੇ ਅਸੀਂ ਗੀਤ ਬੰਦ ਕਰਤੇ, ਉਹ ਭੁੱਖੇ ਮਰ ਜਾਣੇ ਆ, ਉਹ ਇਕੱਲੇ ਅੱਗੇ ਤਾਂ ਗਾਉਣ ਵਾਲਿਆਂ ਨਾਲ 10 ਮਜੀਸ਼ੀਅਨ ਹੁੰਦੇ ਆ, 2 ਡਰਾਈਵਰ ਹੁੰਦੇ ਆ, ਟੈਂਪੂ ਡਰਾਈਵਰ, ਸੋਰੀ 4-5 ਹੁੰਦੇ, 2-3 ਗੱਡੀਆਂ ਤਾਂ ਹੁੰਦੀਆਂ ਹੀ ਆ ਗਰੀਬੀ ਦਾਵੇ ਨਾਲ, ਫਿਰ ਸਾਊਂਡ ਵਾਲੇ ਨਾਲ 4-5 ਹੁੰਦੇ ਆ, ਫਿਰ ਸਾਡੇ 'ਤੇ ਸ਼ਮਿਆਨਾ ਲੱਗਦਾ ਆ, ਫਿਰ ਸਟੇਜ ਬਣਾਉਣ ਵਾਲਾ ਆਉਂਦਾ ਆ, ਫਿਰ ਹਲਵਾਈ ਆਉਂਦਾ, ਜੇ ਉੱਥੇ ਰੰਗ ਮੇਲਾ ਹੀ ਨਾ ਉਹ ਤਾਂ ਉੱਥੇ ਆਉਣ ਵਾਲਾ ਕੁੱਕੜਾਂ ਨੂੰ ਥੋੜੋ ਉਹਨਾਂ ਨੇ ਭੋਜਨ ਖਿਲਾਉਣਾ, ਉਹ ਸਾਰਾ ਕੁਝ ਰਲ ਮਿਲਾ ਹੀ ਆ, ਮਿਹਨਤ ਵਾਲੀ ਗੱਲ ਆ, ਇਹਨੂੰ ਅੰਡਰਸਟੁੱਡ ਕਰੋ, ਉੱਦਾਂ ਹੀ ਚੱਕ ਕੇ ਨਾ। ਹਾਂ, ਜਿਹੜਾ ਕਰਦਾ ਉਹ ਤੁਹਾਡੇ ਤੋਂ ਬੰਦ ਨਹੀਂ ਹੁੰਦਾ, ਜਿਹੜਾ ਕੁਛ ਹੁੰਦਾ ਉਹ ਤੁਹਾਡੇ ਤੋਂ ਬੰਦ ਨਹੀਂ ਹੁੰਦਾ, ਉੱਦਾਂ ਹੀ ਤੁਸੀਂ ਪਾਣੀ 'ਚ ਡਾਂਗਾ ਮਾਰਦੇ, ਨੰਬਰ ਬਣਾਉਣ ਲਈ ਸੋਸ਼ਲ ਮੀਡੀਆ ਆ ਗਿਆ, ਲੈ ਵੀ ਮੈਂ ਹੱਕ ਥਾਪੜ ਕੇ ਗੱਲ ਕਰ ਦਿੱਤੀ, ਮੈਂ ਕਹਿਤਾ, ਉਹਨੇ ਵੀ ਇਉਂ ਕਰਤਾ, ਕੀ ਕਰ ਦਿੱਤਾ ਤੁਸੀਂ? ਇੱਥੇ ਆ ਕੇ ਗੱਲ ਕਰੋ, ਗਰਾਊਂਡ ਲੈਵਲ 'ਤੇ ਗੱਲ ਕਰੋ, ਪਹਿਲਾਂ ਇਹਨਾਂ ਨੂੰ ਲਾਮ ਬੰਦ ਕਰੋ ਲੋਕਾਂ ਨੂੰ। ਸਿਆਣੀ ਗੱਲ ਮੈਂ ਤੁਹਾਨੂੰ ਦੱਸਦਾ, ਮੈਂ ਦੱਸਦਾ, ਇਹ ਸਾਰਿਆਂ ਨੂੰ ਪਸੰਦ ਆਉਣੀ, ਉੱਦਾਂ ਹੁਣ ਕਿਸੇ ਦੇ ਮਗਰ ਲੱਗ ਕੇ ਮੈਨੂੰ ਗਾਲਾਂ ਕੱਢੀ ਜਾਓ ਤਾਂ ਲੱਖ ਵਾਰੀ ਕੱਢੀ ਜਾਓ, ਪਹਿਲਾਂ ਗਰਾਊਂਡ ਬਣਾਉਣੀ ਪੈਂਦੀ ਜੇ ਖੇਡਣਾ ਹੋਵੇ, ਉਹਨੂੰ ਉਹਦਾ ਘਾਹ ਉਹ 'ਚੋਂ ਰੋੜੇ ਚੁੱਕਣੇ ਪੈਂਦੇ ਆ, ਵੱਡੇ ਉਹ ਸਿਆਣਿਓ ਜਿਹੜੇ ਸਾਨੂੰ ਗਾਲਾਂ ਕੱਢਦੇ ਆ, ਫਿਰ ਕੰਮ ਚੱਲਦਾ। ਪੰਜਾਬੀ ਅਸੀਂ ਤੁਹਾਡੇ ਲਈ ਹੈਗੇ, ਸਾਨੂੰ ਸ਼ਬਦ ਦਿਓ, ਗੀਤ ਦਿਓ, ਅਸੀਂ ਉਹ ਗਾਈਏ ਜਿਹੜਾ ਵੀ ਚੰਗਾ ਸਿੰਗਰ ਲੱਗਦਾ, ਜਿੱਦਾਂ ਹੁਣ ਗੁਰਦਾਸ ਮਾਨ ਆ, ਆਪਣਾ ਹੋਰ ਆ ਬੱਬੂ ਮਾਨ ਆ, JGB ਆ, ਯਾਰ ਕਿਹੜੀ ਕਹਾਣੀ ਆ, KS ਮੱਖਣ ਖੜਾ, ਕਿਉਂ ਨਹੀਂ ਗਾਵਾਂਗੇ ਅਸੀਂ? ਸਾਨੂੰ ਕੋਈ ਪ੍ਰੋਜੈਕਟ ਦਿਓ। ਮੈਂ ਗੀਤ ਗਾਇਆ ਦਸਤਾਰ ਹੈ ਤਾਂ ਸਿੱਖ ਇੰਨੇ ਕਈ ਆ, 2-2.5 ਲੱਖ ਆ, 4 ਲੱਖ ਹੀ ਆ ਸਾਰੇ, ਕਿਉਂ ਨਹੀਂ ਸੁਣਿਆ ਗੀਤ ਤੁਸੀਂ? ਬਈ ਐਡਾ ਮਾੜਾ ਵੀ ਨਹੀਂ ਗਾ, ਪਲੀਜ਼ ਪਲੀਜ਼ ਪਲੀਜ਼, ਸਾਨੂੰ ਗਾਲਾਂ ਤੋਂ ਬਿਨਾਂ, ਭੀਖ ਨਹੀਂ ਮੈਂ ਮੰਗ ਰਿਹਾ ਤੁਹਾਡੇ ਤੋਂ, ਗਾਲਾਂ ਤੋਂ ਬਿਨਾਂ, ਜੇ ਸਾਡੇ ਤੋਂ ਗਲਤੀ ਹੁੰਦੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਅਤੇ ਆਪ ਵੀ ਸਮਝੋ। ਗੁਰਦਾਸ ਮਾਨ ਫਿਰ ਮੈਂ ਕਹਿੰਦਾ, ਉਹ ਅੱਗੇ ਤਾਂ ਕਿਸੇ ਨੇ ਲਿਖਿਆ ਸੀ ਨਾ, ਅਤੇ ਜੇ ਤਾਂ ਮੈਨੂੰ ਗਾਲ ਪਈ, ਮੈਂ ਕਹਿੰਦਾ ਗੁਰਦਾਸ ਮਾਨ ਜਿੰਦਾਬਾਦ, ਗੁਰਦਾਸ ਮਾਨ ਜਿੰਦਾਬਾਦ, ਠੀਕ ਆ ਜੀ। ਉਦੋਂ ਅਗਲੀ ਗੱਲ ਤੁਹਾਨੂੰ ਖੁਸ਼ ਕਰਨ ਲਈ ਨਹੀਂ ਕਹਿੰਦਾ, ਆਮ ਪੰਜਾਬੀ, ਮੈਂ ਪੰਜਾਬੀ ਹਾਂ, ਹਿੱਕ ਥਾਪੜ ਕੇ ਕਹਿੰਦਾ ਅਤੇ ਪੰਜਾਬੀ ਜਿੰਦਾਬਾਦ, ਅਤੇ ਤੁਹਾਡੀ ਵਜ੍ਹਾ ਨਾਲ ਪੰਜਾਬੀ ਲੈਟ ਡਾਊਨ ਹੋ ਸਕਦੀ। ਜਿਹੜੇ ਟੁਕੜ ਬੋਚ ਹੈ ਨਾ ਸੋਸ਼ਲ ਮੀਡੀਆ 'ਤੇ ਆ ਕੇ ਆਪਣੇ ਆਪ ਨੂੰ ਬੜੇ ਫੰਕਾਰ ਦੱਸਦੇ ਆ ਨਾ, ਤੁਹਾਡੀ ਵਜ੍ਹਾ ਨਾਲ ਪੰਜਾਬੀ ਲੈਟ ਡਾਊਨ ਹੋ ਸਕਦੀ ਆ, ਪੰਜਾਬੀ ਖਰਾਬ ਹੋ ਸਕਦੀ ਆ, ਇੱਦਾਂ ਨਾ ਕਰਿਆ ਕਰੋ। ਪੰਜਾਬੀ ਜਿੰਦਾਬਾਦ ਆ, ਇਹਨੂੰ ਪੰਜਾਬੀ ਨੂੰ ਜਿੰਦਾਬਾਦ ਰਹਿਣ ਦਿਓ, ਤੁਸੀਂ ਸਾਨੂੰ ਕਹੋਗੇ ਦੂਰ ਚੱਲ ਜਾਵਾਂਗੇ। ਜਿਹੜਾ ਕੋਈ ਨਿਕੰਮਾ ਹੋਊਗਾ, ਘਟੀਆ ਬੰਦਾ ਹੋਊਗਾ, ਉਹ ਤੁਹਾਡੀ ਗੱਲ ਸੁਣੂਗਾ, ਜਿਹੜੇ ਗਲਤ ਕਮੈਂਟ ਕਰਦੇ ਆ। ਸੱਚ ਦੇ ਨੇੜੇ ਦੀ ਗੱਲ ਸੀ, ਪੰਜਾਬੀ ਜਿੰਦਾਬਾਦ, ਗੁਰਦਾਸ ਮਾਨ ਜਿੰਦਾਬਾਦ, ਪੰਜਾਬ ਜਿੰਦਾਬਾਦ, ਪੰਜਾਬੀਅਤ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।